ਅਸਲਾਮੁਆਲੇਕਮ ਮੈਂ ਹਾਕਮ ਜੀ ਤੋਂ ਤੁਸੀਂ ਵੇਖ ਰਹੇ ਮੇਰਾ YouTube ਚੈਨਲ ਸ਼ਾਹ ਮਹਮੂਦ ਗੁਰੀਸ਼ੀ ਸਾਹਿਬ ਔਰ ਜਨਾਬ ਇਮਰਾਨ ਖਾਨ ਸਾਹਿਬ ਨੂੰ 10 10 ਸਾਲ ਕੈਦ ਬामुਸ਼ਕਤ ਹੋ ਚੁਕੀ ਹੈ ਔਰ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਉਹਨਾਂ ਤੇ ਬੜਨ ਵਾਲੇ ਤਰਾਨੇ ਪਿੱਛੇ ਤੁਸੀਂ ਉਹਨਾਂ ਦੇ ਤਰਾਨੇ ਸੁਣ ਚੁੱਕੇ ਹੋ ਕੈਦੀ 804 ਨਕ ਦਾ ਕੋਕਾ ਹਰ ਸਿੰਗਰ ਨੇ ਆਪਣੇ ਆਪਣੇ ਰੰਗ ਦੇ ਵਿੱਚ ਆਪਣੀ ਆਪਣੀ ਅੰਦਾਜ਼ ਦੇ ਵਿੱਚ ਖਾਨ ਸਾਹਿਬ ਨਾਲ ਸ਼ਾਹ ਮਹਮੂਦ ਗੁਰੀਸ਼ੀ ਸਾਹਿਬ ਨਾਲ اپنی اپنی محبت ਦਾ ਇਜ਼ਹਾਰ ਕੀਤਾ ਤੇ ਹੁਣ ਉਹਨਾਂ ਨੂੰ 10 ਸਾਲ ਸਜ਼ਾ ਹੋ ਗਈ ਹੈ ਜਨਾਬ ਇਮਰਾਨ ਖਾਨ ਸਾਹਿਬ ਨੂੰ ਔਰ ਸ਼ਾਹ ਮਹਮੂਦ ਕੁਰੀਸ਼ ਸਾਹਿਬ ਨੂੰ ਤੇ ਹੁਣ 10 ਸਾਲ ਸਜ਼ਾ ਦੇ ਉੱਤੇ ਵੀ ਤਰਾਨੇ ਬਣ ਰਹੇ ਨੇ ਔਰ ਜਿਹੜੇ ਸਿੰਗਰ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਨੇ ਤੇ ਵੇਖੋ ਕਿ ਜਿਹੜਾ ਮੁਹੱਬਤ ਕਰਨ ਵਾਲੇ ਲੋਗ ਹਨ ਉਹ ਬਾਜ਼ ਨਹੀਂ ਆਂਦੇ ਹੁਣ ਅੱਗੇ ਖਾਨ ਸਾਹਿਬ ਦੇ ਬਾਰੇ ਇਲੈਕਸ਼ਨਸ ਦੇ ਬਾਰੇ ਬਣਾ ਰਹੇ ਸੀ हूँ जी उन्होंने दस दस साल सजा हुई है उस सजाते एक एक नहीं दो नहीं चार नहीं जिन्हें भी सिंगर जे अगर गाने कर चुके हैं मलकू साहब वर्गे या कि अताउलाई सखेलवी वर्गे या कि होर जो नाम वर सिंगर ने उस सारे ही तराने तैयार कर रहे हैं देखो कि और दस साल कैदे बा मुशक्कत जी खान साहब न लिख दी गई है हम बल्ला अगे की रिपोर्ट आँदी है फिलहाल के मुताबिक त खान साहब दे जड़ा है खान साहब और शाह महमूद कुरेशी साहब न दस दस साल सजा दे दी गई है लेकिन मुहब्बत करने वाले उन्होंने जेडे तराने गाने ਤਰਾਨੇ ਉਹਨਾਂ ਤੇ ਗਾ ਰਹੇ ਨੇ ਔਰ ਸੁਣਨ ਵਾਲੇ ਉਹਨਾਂ ਦੇ ਤਰਾਨੇ ਸੁਣ ਰਹੇ ਨੇ ਔਰ ਜਿਹੜੇ ਖਾਨ ਸਾਹਿਬ ਨੂੰ ਸਪੋਰਟ ਕਰਦੇ ਸੀ ਉਹ ਹਜੇ ਵੀ ਗਾ ਰਹੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਲਿਖ ਦਿੱਤੀ ਗਈ ਹੈ ਕੱਲ ਦੀ ਤੇ ਕੀ ਸਲਾਹ ਹੈ ਵੀ ਜਿਨ੍ਹਾਂ ਦੇ ਜਿਨ੍ਹਾਂ ਪੀਟੀਆਈ ਨੂੰ ਵੋਟ ਦੇਣੇ ਸੀ ਤੇ ਉਹ ਕੀ ਹੁਣ ਪਿੱਛੇ हट ਜਾਣਗੇ ਬਿਲਕੁਲ ਨਹੀਂ ਪਿੱਛੇ ਹਟਣਗੇ ਉਹ ਹਜੇ ਵੀ ਖਾਨ ਸਾਹਿਬ ਨੂੰ ਵੋਟ ਦੇਣਗੇ ਲੇਕਿਨ ਉਹ ਜਿਹੜੇ ਖਾਨ ਸਾਹਿਬ ਤੇ ਤਰਾਨੇ ਕ 10 ਸਾਲ ਕੈਦ ਵਾਲੇ ਉਹ ਹਜੇ ਤੱਕ ਤਿਆਰ ਹੋ ਰਹੇ ਨੇ ਅਪਲੋਡ ਨਹੀਂ ਹੋਏ ਇਨਸ਼ਾਅੱਲਾ ਅਪਲੋਡ ਹੋਣ ਜਿਵੇਂ ਤਿਆਰ ਹੋ ਗਏ ਉਵੇਂ ਤੁਹਾਡਾ ਭਾਈ ਤੁਹਾਨੂੰ ਪਰਮਿਸ਼ਨ ਅਪਲੋਡ ਹੋਣ ਤੋਂ ਪਹਿਲੇ ਹੀ ਦੇ ਦੇਵੇਗਾ ਕਿ ਕਿਹੜੇ ਕਿਹੜੇ ਚੈਨਲਾਂ ਤੇ ਅਪਲੋਡ ਹੋਣ ਵਾਲੇ ਨੇ ਔਰ ਕਿਵੇਂ ਕਿਵੇਂ ਦੇ ਉਤਰਾਨੇ ਆ ਰਹੇ ਨੇ ਖਾਨ ਸਾਹਿਬ ਤੇ ਉਸ ਵਾਸਤੇ ਤੁਹਾਨੂੰ ਇਹ ਇਹ ਕਰਨਾ ਪਏਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵਾਲ ਤੇ ਕਲਿੱਕ ਕਰ ਲਓ ਤਾਂ ਕਿ ਜਦੋਂ ਮੈਂ ਪਰਮਿਸ਼ਨ ਤੁਹਾਡੇ ਤੱਕ ਸ਼ੇਅਰ ਕਰਾਂਗਾ ਉਹ ਤੁਹਾਨੂੰ ਬਾਸਾਨੀ ਮਿਲ ਸਕੇ ਅੱਲਾਹ ਹਾਫਿਜ਼